ਖੁਦ ਨੂੰ ਜੋ ਹੋਰਾਂ ਨਾਲ ਕਰਦਾ ਕੰਪੇਅਰ ਹੈ ਅਤੇ ਮਿੱਤਰਾਂ ਦੀ ਨਜ਼ਰ 'ਚ ਬੰਦਾ ਉਹ ਫੇਲ ਹੈ। 90% ਇੱਥੇ ਨੈਗੇਟਿਵਿਟੀ ਹੈ ਅਤੇ ਮੈਂ ਲੋਕਾਂ ਦੀਆਂ ਸੁਣਾ, ਮੈਨੂੰ ਇੰਨੀ ਕਿੱਥੇ ਵੇਲ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵਰਿੰਦਰ ਔਲਖ ਔਰ ਇਸ ਵੀਡੀਓ ਨੂੰ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਪਿਆਰਿਆਂ ਦਾ ਮੈਂ ਸਵਾਗਤ ਕਰਦਾ। ਦੋਸਤੋ, ਜਿਹੜੇ ਮੈਂ ਗੀਤ ਦੀਆਂ ਕੁਝ ਸਤਰਾਂ ਪਹਿਲਾਂ ਸੁਣਾਈਆਂ ਨੇ, ਇਹਦੀਆਂ ਸਾਰੀਆਂ ਸਤਰਾਂ ਨਾਲ ਮੈਂ ਸਹਿਮਤ ਨਹੀਂ, ਕੁਝ ਸਤਰਾਂ ਨਾਲ ਸਹਿਮਤ ਹਾਂ। ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿਹਾ ਗਿਆ ਕਿ ਅਤੇ ਮੈਂ ਲੋਕਾਂ ਦੀਆਂ ਸੁਣਾ, ਮੈਨੂੰ ਇੰਨੀ ਕਿੱਥੇ ਵੇਲ ਹੈ। ਦੋਸਤੋ, ਜੇਕਰ ਲੋਕ ਸਾਨੂੰ ਸੁਣਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਲੋਕਾਂ ਦੀ ਗੱਲ ਸੁਣੀਏ ਅਤੇ ਉਸਦਾ ਜਵਾਬ ਦੇਈਏ। ਇਸੇ ਕਰਕੇ ਹੀ ਮੈਂ ਅੱਜ ਇਹ ਵੀਡੀਓ ਬਣਾਉਣ ਲੱਗਾ ਏ। ਮੇਰੀ ਪਿਛਲੀ ਵੀਡੀਓ ਜੋ ਮੈਂ ਬਲਦੇਵ ਸਿੰਘ ਮਾਨ ਦੇ ਉੱਪਰ ਬਣਾਈ ਸੀ, ਜੋ ਕਮਿਊਨਿਸਟ ਵਿਚਾਰਧਾਰਾ ਨਾਲ, ਕਾਮਰੇਡੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਬਾਰੇ ਜੋ ਵੀਡੀਓ ਬਣਾਈ ਸੀ ਉਸ 'ਤੇ ਕਾਫੀ ਵਿਵਾਦ ਹੋਇਆ, ਜਿਸ ਤੋਂ ਬਾਅਦ ਮੈਨੂੰ ਕਮੈਂਟ ਆਫ ਕਰਨੇ ਪਏ, ਕਾਫੀ ਸਾਰੇ ਫੋਨ ਆਏ। ਉਹਨਾਂ ਸਾਰੇ ਫੋਨਾਂ ਦੇ ਬਾਰੇ ਇੱਕ ਸਾਬਕਾ MLA ਦਾ ਵੀ ਫੋਨ ਆਇਆ, ਸੋਨੀਆ ਮਾਨ ਦੇ ਨਾਲ ਵੀ ਮੈਂ ਗੱਲਬਾਤ ਕੀਤੀ, ਔਰ ਉਹ ਕਿਤਾਬ ਲਿਖਣ ਵਾਲੇ ਹਰਭਗਵਾਨ ਸਿੰਘ ਭੀਖੀ ਦੇ ਨਾਲ ਮੈਂ ਗੱਲਬਾਤ ਕੀਤੀ, ਔਰ ਸਾਰੀ ਗੱਲਬਾਤ ਦਾ ਸਿੱਟਾ ਕੀ ਰਿਹਾ, ਔਰ ਮੇਰੇ ਤੋਂ ਗਲਤੀ ਕੀ ਹੋਈ ਹੈ, ਕਿਹੜੀ ਗਲਤੀ ਦੀ ਮੈਂ ਮਾਫ਼ੀ ਮੰਗਣੀ ਚਾਹੁੰਦਾ ਹੈ, ਉਹ ਸਾਰੀਆਂ ਗੱਲਾਂ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ, ਜਿਹੜੇ ਦੋਸਤਾਂ ਨੇ ਉਹ ਵੀਡੀਓ ਦੇਖੀ ਹੈ, ਜੇ ਨਹੀਂ ਵੀ ਦੇਖੀ ਤਾਂ ਉਹ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ। ਦੋਸਤੋ, ਗੱਲ ਅਸਲ 'ਚ ਇਹ ਸੀਗੀ ਕਿ 19 ਤਰੀਕ ਤੋਂ ਬਾਅਦ ਬਲਦੇਵ ਸਿੰਘ ਮਾਨ ਦਾ ਨਾਮ ਜਿਹੜਾ ਕਾਫੀ ਚਰਚਾ ਦੇ ਵਿੱਚ ਆਇਆ, ਉਸ 'ਤੇ ਮੈਂ ਵੀਡੀਓ ਬਣਾਉਣੀ ਸੀਗੀ। ਮੈਂ ਸੋਚਿਆ, ਕਿਉਂਕਿ ਲੋਕ ਸਰਚ ਕਰ ਰਹੇ ਸੀਗੇ ਤਾਂ ਮੈਂ ਸੋਚਿਆ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਇਦਾਂ ਦਾ ਹੁੰਦਾ ਕਿ ਇਦਾਂ ਦੀਆਂ ਵੀਡੀਓ ਬਣਾਈਆਂ ਜਾਣ, ਨਹੀਂ ਤਾਂ ਇਹੀ ਵੀਡੀਓ ਬਣਾਈਆਂ ਜਾਂਦੀਆਂ ਨੇ ਕਿ ਫਲਾਨੇ ਗਾਇਕ ਨੇ ਫਲਾਨੇ ਗਾਇਕ ਨੂੰ ਕੀ ਕਿਹਾ, ਫਲਾਨੇ ਗਾਇਕ ਨੇ ਛਿੱਕਤਾ, ਫਲਾਨੇ ਗਾਇਕ ਨੂੰ ਖੰਘ ਲੱਗ ਗਈ, ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ। ਆਹ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਬਾਇਓਗ੍ਰਾਫੀਜ਼, ਲੋਕਾਂ ਦੇ ਬਾਰੇ ਜਾਣਕਾਰੀਆਂ, ਉਹ ਬਹੁਤ ਘੱਟ ਆਉਂਦੀਆਂ ਨੇ। ਕਮੀ ਮੇਰੇ ਕੋਲੋਂ ਕਿੱਥੇ ਰਹੀ ਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਲਦੇਵ ਸਿੰਘ ਮਾਨ ਦੀ ਜੀਵਨੀ 'ਤੇ ਇੱਕੋ ਹੀ ਕਿਤਾਬ ਆ, ਅਤੇ ਉਹ ਕਿਤਾਬ ਪੜ੍ਹ ਕੇ ਮੈਂ ਉਹਦੇ ਵਿੱਚ ਜਾਣਕਾਰੀ ਦਿੱਤੀ ਸੀ। ਅਤੇ ਜਿਹੜੇ ਦੂਜੇ ਪੱਖ ਵਾਲੇ ਸੀਗੇ, ਯਾਨੀ ਕਿ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਲੋਕ ਸੰਬੰਧ ਰੱਖਦੇ ਸੀ, ਉਹਨਾਂ ਨੇ ਕਿਹਾ ਕਿ ਦੂਸਰਾ ਪੱਖ ਬਲਦੇਵ ਸਿੰਘ ਮਾਨ ਦਾ ਕਿਉਂ ਨਹੀਂ ਦੱਸਿਆ। ਉਹਨੇ ਜ਼ਿੰਦਗੀ ਦੇ ਵਿੱਚ ਕਈ ਖਾੜਕੂਆਂ ਦੇ ਮੁਕਾਬਲੇ ਵੀ ਬਣਵਾਏ, ਉਹਨਾਂ ਨੇ ਕਹਿੰਦੇ ਕਿ ਬਲਾਤਕਾਰ ਵੀ ਕੀਤਾ, ਕਹਿਣ ਦੇ ਅਨੁਸਾਰ, ਕਥਿਤ ਤੌਰ 'ਤੇ ਉਹ ਬੰਦਿਆਂ ਦੇ ਕਹਿਣ ਅਨੁਸਾਰ, ਕਿਉਂਕਿ ਨੀਚੇ ਕਮੈਂਟ ਵੀ ਕਾਫੀ ਆਏ ਸੀਗੇ। ਦੋਸਤੋ, ਇਸ ਗੱਲ ਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀਗਾ, ਤਾਂ ਕਰਕੇ ਮੈਂ ਇਹ ਗੱਲ ਵਿੱਚ ਬੋਲੀ ਨਹੀਂ। ਹਾਲਾਂਕਿ ਇਸ ਗੱਲ ਦਾ ਮੈਨੂੰ ਪਹਿਲਾਂ ਵੀ ਇਲਮ ਸੀ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਉਸਨੇ ਬਹੁਤ ਸਾਰੇ ਮੁਕਾਬਲੇ ਬਣਾਏ, ਤਾਂ ਮੇਰੇ ਕੋਲ ਇਸ ਗੱਲ ਦਾ ਪ੍ਰੂਫ ਨਹੀਂ ਸੀ। ਉਹ ਕਿਤਾਬ ਮੇਰੇ ਕੋਲ ਸੀਗੀ ਜਿਹੜੀਆਂ ਗੱਲਾਂ ਮੈਂ ਉਸ ਵੀਡੀਓ ਦੇ ਵਿੱਚ ਕੀਤੀਆਂ, ਤਾਂ ਇਸ ਕਰਕੇ ਮੈਂ ਉਹ ਮੇਰੇ ਕੋਲ ਜਿਹੜਾ ਪ੍ਰੂਫ ਸੀਗਾ, ਸਬੂਤਾਂ ਦੇ ਸਮੇਤ ਮੈਂ ਗੱਲ ਕਰ ਸਕਦਾ ਸੀਗਾ, ਤਾਂ ਉਹ ਮੈਂ ਗੱਲ ਉਹਦੇ ਵਿੱਚ ਕੀਤੀ। ਚਲੋ, ਜੋ ਵੀ ਫਿਰ ਵੀ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਮਾਫ਼ੀ ਚਾਹੁੰਦਾ। ਦੂਸਰੀ ਗਲਤੀ ਮੇਰੇ ਤੋਂ ਕੀ ਹੋਈ ਹੈ, ਦੂਸਰੀ ਗਲਤੀ ਇਹ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਸਰਕਾਰ ਕੀ ਚਾਹੁੰਦੀ ਹੈ, ਸਿੱਖ ਅਤੇ ਕਾਮਰੇਡ ਵਿਚਾਰਧਾਰਾ ਨੂੰ ਸਰਕਾਰ ਵੰਡਣਾ ਚਾਹੁੰਦੀ ਸੀ, ਅਤੇ ਉਸਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ, ਅਤੇ ਮੈਂ ਇਹੋ ਜਿਹੇ ਮਸਲੇ 'ਤੇ ਵੀਡੀਓ ਬਣਾਈ। ਇਹ ਮੈਨੂੰ ਕਿਤੇ ਨਾ ਕਿਤੇ ਗਲਤੀ ਲੱਗਦੀ ਵੀ ਨਹੀਂ ਅਤੇ ਗਲਤੀ ਵੀ ਲੱਗਦੀ ਹੈ, ਕਿਉਂਕਿ ਉਹ ਮੈਂ ਸਿਰਫ ਜਾਣਕਾਰੀ ਵਾਸਤੇ ਵੀਡੀਓ ਬਣਾਈ ਸੀ, ਨਾ ਕਿ ਇਹ ਵੀ ਦੋਵਾਂ ਵਿਚਾਰਧਾਰਾ ਦੇ ਆਪਸ ਦੇ ਵਿੱਚ ਟਕਰਾਅ ਹੋ ਜਾਵੇ, ਜਿਵੇਂ ਆਮ ਚੈਨਲਾਂ ਵਾਲੇ ਪੰਜਾਬੀ ਦੇ ਵਿੱਚ ਵੀ ਕਰਦੇ ਆ ਅਤੇ ਨੈਸ਼ਨਲ ਮੀਡੀਆ ਵੀ ਕਰਦਾ ਹੈ। ਦੋਸਤੋ, ਮੈਂ ਸੋਨੀਆ ਮਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਵਾਲ ਲੈਣ ਦੀ ਵੀ ਕੋਸ਼ਿਸ਼ ਕੀਤੀ, ਉਸ ਗੱਲਬਾਤ ਦਾ ਵੀ ਮੈਂ ਅੰਸ਼ ਨਹੀਂ ਇਹਦੇ ਵਿੱਚ ਸੁਣਾ ਸਕਦਾ, ਕਿਉਂਕਿ ਉਹਨਾਂ ਦੇ ਨਾਲ ਮੇਰੀ ਇੰਟਰਵਿਊ ਨਹੀਂ ਹੋਈ, ਮੈਂ ਸਿਰਫ ਗੱਲਬਾਤ ਫੋਨ 'ਤੇ ਕੀਤੀ ਸੀਗੀ। ਉਹਨਾਂ ਨੇ ਕਿਹਾ ਕਿ ਮੈਂ ਇਸ ਵਿਸ਼ੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ, ਉਹਨਾਂ ਦੀ ਡੇਟ ਆਫ ਬਰਥ ਦੇ ਬਾਰੇ ਜਿਹੜੇ ਸ਼ੰਕੇ ਬਣੇ ਹੋਏ ਨੇ, ਔਰ ਹਰਭਗਵਾਨ ਸਿੰਘ ਭੀਖੀ ਨੂੰ ਮੈਂ ਇਸ ਦੇ ਬਾਰੇ ਪੁੱਛਿਆ, ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਤਾਂ ਨਹੀਂ ਮਿਲੇ। ਅਤੇ ਲੋਕ ਮੈਨੂੰ ਕਹਿੰਦੇ ਆ ਕਿ ਤੂੰ ਭਾਈ ਸੋਨੀਆ ਮਾਨ ਦਾ IT ਸੈੱਲ ਦੇ ਵਿੱਚ ਕੰਮ ਕਰਦਾ, ਤੂੰ ਕਾਮਰੇਡਾਂ ਦਾ ਬੰਦਾ ਏ, ਐਤਕੀ ਤਾਂ ਬਈ ਮੈਂ ਲਾਲ ਪੱਗ ਵੀ ਨਹੀਂ ਬੰਨੀ, ਪੱਗ ਵੀ ਮੈਂ ਹਰੀ ਬੰਨ ਲਈ ਹੈ, ਕਿਉਂਕਿ ਮੈਨੂੰ ਪਹਿਲਾਂ ਜਿਹੜੇ ਕਮੈਂਟ ਆਏ ਆ ਉਹਨਾਂ ਤੋਂ ਮੈਨੂੰ ਮੇਰੀ ਸਾਰੀ ਕਾਮਰੇਡੀ ਉਤਾਰਤੀ ਹੈ। ਦੋਸਤੋ, ਕੋਈ ਕਾਮਰੇਡ, ਕੋਈ ਖਾਲਿਸਤਾਨੀ ਵਿਚਾਰਧਾਰਾ ਦੇ ਵਿੱਚ ਨਹੀਂ ਮੈਂ, ਕੋਈ ਵੀ ਕਾਮਰੇਡ ਮਾੜਾ ਨਹੀਂ ਹੁੰਦਾ, ਮਤਲਬ ਸਾਰੇ ਕਾਮਰੇਡ ਮਾੜੇ ਨਹੀਂ ਹੁੰਦੇ, ਅਤੇ ਸਾਰੇ ਸਿੱਖ ਚੰਗੇ ਨਹੀਂ ਹੁੰਦੇ, ਸਾਰੇ ਕਾਮਰੇਡ ਮਾੜੇ ਨਹੀਂ ਹੁੰਦੇ, ਕਿਸੇ ਵੀ ਵਿਚਾਰਧਾਰਾ 'ਚ ਕੋਈ ਵੀ ਸਾਰੇ ਹਿੰਦੂ ਨਹੀਂ ਮਾੜੇ ਹੁੰਦੇ, ਸਾਰੇ ਮੁਸਲਮਾਨ ਨਹੀਂ ਮਾੜੇ ਹੁੰਦੇ, ਕੁਝ ਇਨਸਾਨ ਮਾੜੇ ਹੁੰਦੇ ਆ ਜਿਨ੍ਹਾਂ ਦੇ ਕਾਰਨ ਪੂਰੀ ਕਮਿਊਨਿਟੀ ਬਦਨਾਮ ਹੋ ਜਾਂਦੀ ਹੈ। ਤਾਂ ਇਸੇ ਕਰਕੇ ਮੈਂ ਉਸ ਵੀਡੀਓ ਦੇ ਵਿੱਚ ਵੀ ਲੋਕਾਂ ਨੇ ਮੈਨੂੰ ਇਹ ਲਕਬ ਦਿੱਤਾ ਕਿ ਭਾਈ ਤੂੰ ਉਹਨਾਂ ਦੇ IT ਸੈੱਲ ਦਾ ਬੰਦਾ, ਉਹਨਾਂ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ, ਉਹਨਾਂ ਨੇ ਤਾਂ ਇੰਟਰਵਿਊ ਵੀ ਨਹੀਂ ਕੀਤੀ ਆਪਦੀ ਗੱਲ ਦੇ, ਜਿਹੜੇ ਮੈਂ ਉਹਨਾਂ ਨੂੰ ਕਹਿ ਕੇ ਮੈਂ ਬਈ ਸਾਰੇ ਜਿਹੜੇ ਸਵਾਲ ਨਿਰਪੱਖ ਤੌਰ 'ਤੇ ਲਊਂਗਾ, ਮੈਂ ਉਹ ਇੰਟਰਵਿਊ ਨਹੀਂ ਕਰਨੀ ਜਿਹੜੀ ਇੰਟਰਵਿਊ ਆਮ ਚੈਨਲਾਂ ਵਾਲੇ ਕਰਦੇ, ਹਾਂਜੀ ਤੁਸੀਂ ਖਾਂਦੇ ਕੀ ਹੈ, ਤੁਸੀਂ ਪੀਂਦੇ ਕੀ ਹੈ, ਐਂ ਫਲਾਨੇ ਦੇ ਬਾਰੇ ਕੀ ਕਹੋਗੇ, ਫਲਾਨੇ ਦੇ ਬਾਰੇ, ਮੈਂ ਕਿਹਾ ਜਿਹੜੇ ਸਵਾਲ ਲੈਣੇ ਚਾਹੀਦੇ ਮੈਂ ਉਹ ਸਵਾਲ ਤੁਹਾਡੇ ਤੋਂ ਜ਼ਰੂਰ ਲਊਂਗਾ, ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਬਹੁਤ ਸਾਰੇ ਜਿਹੜੇ ਮੈਨੂੰ MLA ਦਾ ਫੋਨ ਆਇਆ, ਉਸ MLA ਨੇ ਵੀ ਮੈਨੂੰ ਦੱਸਿਆ ਕਿ ਇਸ ਬੰਦੇ ਨੇ ਇਹ
ਮੁਕਾਬਲੇ ਬਣਵਾਏ ਸੀਗੇ, ਬਲਾਤਕਾਰ ਕੀਤਾ ਸੀ ਉਸ ਐੱਮ ਐੱਲ ਏ ਦੇ ਮੂੰਹੋਂ। ਮੈਂ ਇਹ ਗੱਲ ਸੁਣੀ ਸੀਗੀ, ਮੈਨੂੰ ਇੱਕ ਐੱਮ ਐੱਲ ਏ ਨੇ ਕਿਹਾ ਸੀਗਾ। ਤਾਂ ਦੋਸਤੋ ਨਾਂ ਨਸ਼ਰ ਨਹੀਂ ਮੈਂ ਇੱਥੇ ਕਰਨਾ ਚਾਹੁੰਦਾ, ਮੇਰੇ ਪਹਿਲਾਂ ਵੀ ਅੱਗੇ ਪਿੱਛੇ ਵੀ ਗੱਲ ਹੁੰਦੀ ਰਹਿੰਦੀ ਹੈ, ਕਿਉਂਕਿ ਇਹ ਸਾਡੇ ਜਿਹੜਾ ਸਾਡੀਆਂ ਇਹ ਨੈਤਿਕ ਕਦਰਾਂ ਕੀਮਤਾਂ ਹੁੰਦੀਆਂ ਨੇ ਕਿ ਅਸੀਂ ਜੇਕਰ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਕੋਈ ਵੀ ਕਿਸੇ ਨੇ ਜਾਣਕਾਰੀ ਦਿੱਤੀ, ਉਹ ਮੂੰਹ ਜਵਾਨੀ ਜਾਣਕਾਰੀ ਸੀ, ਮੇਰੇ ਕੋਲ ਕੋਈ ਪਰੂਫ ਨਹੀਂ ਸੀ, ਇਸ ਕਰਕੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ। ਉਹਨਾਂ ਨੇ ਸਿਰਫ ਮੇਰੇ ਨਾਲ ਇੱਦਾਂ ਗੱਲ ਕੀਤੀ ਸੀ ਕਿ ਇਹਦੇ ਬਾਰੇ ਮੈਂ ਦੱਸ ਸਕਦਾ ਹੈ, ਅਤੇ ਮੈਂ ਕਿਹਾ ਵੀ ਤੁਸੀਂ ਜਾਂ ਤਾਂ ਮੇਰੇ ਨਾਲ ਇੰਟਰਵਿਊ ਕਰਕੇ ਦੱਸ ਸਕਦੇ ਹੋ ਉਹਨਾਂ ਬਾਰੇ, ਤਾਂ ਉਹ ਇੰਟਰਵਿਊ ਤੋਂ ਨਾ ਕਰਤੀ ਉਹਨਾਂ ਨੇ। ਦੋਸਤੋ ਮੈਂ ਪਹਿਲਾ ਬੰਦਾ ਨਹੀਂ ਜਿਸ ਦੇ ਨਾਲ ਇੱਦਾਂ ਦਾ ਕੁਛ ਹੋਇਆ। ਜਦੋਂ ਆਪਾਂ ਸੱਚ ਬੋਲਦੇ ਹਾਂ ਜਾਂ ਇੱਦਾਂ ਦੀਆਂ ਵੀਡੀਓ ਬਣਾਉਂਦੇ ਹਾਂ ਤਾਂ ਬਹੁਤ ਸਾਰੇ ਲੋਕ ਸਾਡੇ ਵਿਰੋਧੀ ਵੀ ਬਣ ਜਾਂਦੇ ਆ, ਕਿਉਂਕਿ ਮੈਂ ਇਹ ਗੱਲ ਤੋਂ ਪਹਿਲਾਂ ਤੋਂ ਹੀ ਜਾਣੂ ਹਾਂ। ਮੈਂ ਲੀਡਰਾਂ ਦੇ ਉੱਪਰ ਇੱਕ ਛੰਦ ਲਿਖਿਆ ਸੀਗਾ ਤਾਂ ਉਦੋਂ ਮੈਨੂੰ ਬਹੁਤ ਸਾਰੀਆਂ ਧਮਕੀਆਂ ਵੀ ਆਈਆਂ ਸੀ, ਹਾਲਾਂਕਿ ਇਸ ਵਾਰੀ ਮੈਨੂੰ ਕੋਈ ਧਮਕੀ ਤਾਂ ਨਹੀਂ ਆਈ, ਪਰ ਫਿਰ ਵੀ ਕੁਝ ਲੋਕਾਂ ਦਾ ਦਿਲ ਦੁਖਿਆ ਏ। ਉਹ ਆਮ ਲੋਕਾਂ ਦਾ ਜਿਨ੍ਹਾਂ ਦਾ ਦਿਲ ਦੁਖਿਆ ਉਹਨਾਂ ਤੋਂ ਮਾਫ਼ੀ ਮੰਗਦਾ ਹੈ, ਆਈ ਟੀ ਸੈੱਲ ਵਾਲਿਆਂ ਤੋਂ ਮੈਂ ਮਾਫ਼ੀ ਨਹੀਂ ਮੰਗਦਾ। ਆਈ ਟੀ ਸੈੱਲ ਕਿਵੇਂ ਕੰਮ ਕਰਦੇ ਆ? ਜਦੋਂ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਇਹ ਬੰਦਾ ਸਾਡੇ ਸਾਨੂੰ ਖਰਾਬ ਕਰ ਸਕਦਾ ਹੈ ਜਾਂ ਇਹ ਬੰਦਾ ਕਿਸਾਨੀ ਦੇ ਹੱਕ ਦੇ ਵਿੱਚ ਵੀਡੀਓਜ਼ ਪਾਉਂਦਾ, ਤਾਂ ਸਰਕਾਰ ਦੇ ਆਈ ਟੀ ਸੈੱਲ, ਪਹਿਲਾਂ ਮੈਂ ਵਿਸ਼ਵਾਸ ਨਹੀਂ ਕਰਦਾ ਸੀਗਾ, ਬਹੁਤ ਸਾਰੇ ਲੋਕ ਇਸ ਦੇ ਬਾਰੇ ਗੱਲ ਕਰਦੇ, ਹਿੰਦੀ ਜਸਵਾਲ ਅਕਸਰ ਹੀ ਇਹਨਾਂ ਚੀਜ਼ਾਂ ਬਾਰੇ ਗੱਲ ਕਰਦਾ ਕਿ ਕਿਸ ਤਰ੍ਹਾਂ ਆਈ ਟੀ ਸੈੱਲ ਕੰਮ ਕਰਦੇ ਨੇ, ਸਰਕਾਰ ਦੇ ਆਈ ਟੀ ਸੈੱਲ, ਤਾਂ ਉਹਦੀਆਂ ਵੀਡੀਓ ਚੱਕ ਕੇ ਆਪਣੇ ਗਰੁੱਪਾਂ 'ਚ ਪਾ ਦਿੰਦੇ ਆ ਅਤੇ ਉਹਨਾਂ ਦਾ ਕੰਮ ਉਹਨਾਂ ਨੂੰ ਜ਼ਿੰਮਾ ਦੇ ਦਿੰਦੇ ਆ ਕਿ ਇਸ ਬੰਦੇ ਨੂੰ ਰੱਜ ਕੇ ਗਾਲਾਂ ਕੱਢੋ, ਰੱਜ ਕੇ ਇਸ ਬੰਦੇ ਦਾ ਵਿਰੋਧ ਕਰੋ, ਰੱਜ ਕੇ ਇਸ ਬੰਦੇ ਨੂੰ ਕੁਛ ਵੀ ਕਹੋ, ਤਾਂ ਉਹ ਬੰਦੇ ਹੇਠਾਂ ਕਮੈਂਟ ਕਰਦੇ ਆ। ਜਦੋਂ ਆਪਾਂ ਮੇਲਿਆਂ ਦੇ ਵਿੱਚ ਅਕਸਰ ਜਾਂਦੇ ਹਾਂ ਤਾਂ ਮੇਲਿਆਂ ਦੇ ਵਿੱਚ ਜਦੋਂ ਕੋਈ ਫਰੋਡ ਕਰਨ ਵਾਲੇ ਬੰਦੇ ਹੁੰਦੇ ਆ, ਜਿਹੜੇ ਕੋਈ ਲਾਟਰੀ ਵਾਲੇ ਹੋ ਗਏ, ਕੋਈ ਗੇਮ ਦੇ ਵਿੱਚ ਫਰੋਡ ਕਰਦੇ ਹੁੰਦੇ ਆ, ਉਹਨਾਂ ਦਾ ਇੱਕ ਆਪਣਾ ਬੰਦਾ ਰੱਖਿਆ ਵਾ ਹੁੰਦਾ ਹੈ, ਉਹ ਦਾਅ 'ਤੇ ਪੈਸੇ ਲਾਉਂਦਾ, ਉਹ ਉਸਨੂੰ ਜਿਤਾ ਦਿੰਦੇ ਆ, ਤਾਂ ਫਿਰ ਕੀ ਹੁੰਦਾ ਹੈ ਜਦੋਂ ਉਹਨੂੰ ਜਿਤਾ ਦਿੰਦੇ ਤਾਂ ਹੋਰ ਬੰਦੇ ਵੀ ਦਾਅ 'ਤੇ ਪੈਸੇ ਲਾਉਂਦੇ ਆ, ਤਾਂ ਇਸ ਦੇ ਨਾਲ ਕੀ ਹੁੰਦਾ ਵੀ ਦੂਜੇ ਬੰਦੇ ਲੁੱਟੇ ਜਾਂਦੇ ਆ। ਸਰਕਾਰ ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਆ ਆਪਣੇ ਆਈ ਟੀ ਸੈੱਲਾਂ ਦੇ ਜ਼ਰੀਏ। ਜਦੋਂ 20 ਬੰਦਿਆਂ ਨੇ ਆਈ ਟੀ ਸੈੱਲ ਵਾਲਿਆਂ ਨੇ ਕਮੈਂਟ ਕਰਤਾ ਤਾਂ ਵਿੱਚੋਂ 10 ਜਾਂ 4 ਜਾਂ 5 ਬੰਦੇ ਜਿਹੜੇ ਆਮ ਨਿਟਲ ਹੁੰਦੇ ਆ, ਜਿਨ੍ਹਾਂ ਨੂੰ ਕੁਛ ਨਹੀਂ ਪਤਾ ਹੁੰਦਾ ਇਸ ਚੀਜ਼ ਬਾਰੇ, ਉਹ ਵੀ ਨੀਚੇ ਕਮੈਂਟ ਕਰ ਦਿੰਦੇ, ਹਾਂ ਵੀ ਤੂੰ ਗਦਾਰ ਆ। ਅਤੇ ਮੈਨੂੰ ਸਭ ਤੋਂ ਵੱਡਾ ਦੁੱਖ ਤਾਂ ਇਸੇ ਗੱਲ ਦਾ ਹੀ ਲੱਗਿਆ ਕਿ ਲੋਕਾਂ ਨੇ ਮੈਨੂੰ ਵਿਕਾਊ ਕਿਹਾ। ਦੋਸਤੋ ਜੇ ਮੈਂ ਵਿਕਣਾ ਹੁੰਦਾ ਤਾਂ ਮੈਂ ਨੌਕਰੀ ਨਹੀਂ ਛੱਡਣੀ ਸੀ, ਮੈਂ ਕਿਸੇ ਵੀ, ਮੈਨੂੰ ਇੱਕ ਪਾਰਟੀ ਵੱਲੋਂ ਆਈ ਟੀ ਸੈੱਲ ਦੇ ਵਿੱਚ ਕੰਮ ਕਰਨ ਦੀ ਵੀ ਔਫਰ ਆਈ ਸੀ, ਮੈਂ ਉੱਥੇ ਵੀ ਕਰ ਸਕਦਾ ਸੀਗਾ, ਮੈਂ ਹੋਰ ਵੀ ਬੜਾ ਕੁਝ ਇਹ ਚੀਜ਼ਾਂ ਕਰ ਸਕਦਾ ਜੇ ਮੈਂ ਵਿਕਣਾ ਹੀ ਹੋਵੇ ਤਾਂ, ਪਰ ਵਿਕਣ ਦਾ ਮੰਤਵ ਨਹੀਂ। ਜੇਕਰ ਕੋਈ ਵੀ ਸੱਜਣ ਮੇਰੇ ਬਾਰੇ ਜਾਣਨਾ ਚਾਹੁੰਦਾ ਤਾਂ ਮੇਰੀਆਂ ਪਿਛਲੀਆਂ ਇੰਟਰਵਿਊਜ਼ ਦੇ ਸਕਦੇ ਆ, ਸਪੋਕਸਮੈਨ 'ਤੇ ਮੇਰੀ ਇੰਟਰਵਿਊ ਵੇਖ ਸਕਦੇ ਹੋ ਤੁਸੀਂ, ਤੁਸੀਂ ਮੇਰੀ ਇੰਟਰਵਿਊ ਹਮਦਰਦ ਟੀ ਵੀ 'ਤੇ ਹੋਈ ਆ ਉਹ ਦੇਖ ਸਕਦੇ ਹੋ, ਟੀ ਵੀ ਪੰਜਾਬ 'ਤੇ ਮੇਰੀ ਇੰਟਰਵਿਊ ਕਿ ਮੇਰਾ ਪਿਛੋਕੜ ਕੀ ਹੈ, ਮੈਂ ਕਿਸ ਤਰ੍ਹਾਂ ਗਰੋਥ ਕੀਤਾ, ਕਿੱਥੋਂ ਉੱਠ ਕੇ ਇੱਥੋਂ ਤੱਕ ਮੈਂ ਇੱਕ ਸ਼ੇਅਰ ਲਿਖਿਆ ਸੀਗਾ ਕਿ ਮੇਰੇ ਨਾਲ ਕੀ ਕੁਝ ਹੋਇਆ, ਨਹੀਂ ਇੱਕ ਮੈਂ ਹੀ ਸੀ ਜੋ ਰੋਇਆ, ਨਹੀਂ ਮੇਰੀ ਹਾਰ ਦਾ ਜਸ਼ਨ ਮਨਾਉਂਦੇ ਹੋ, ਮੈਂ ਜਿਉਂਦਾ ਹਾਂ ਅਜੇ ਮੋਇਆ ਨਹੀਂ, ਮੇਰੀ ਹਾਰ ਦਾ ਜਸ਼ਨ ਮਨਾਉਂਦੇ ਹੋ, ਮੈਂ ਜਿਉਂਦਾ ਹਾਂ ਅਜੇ ਮੋਇਆ ਨਹੀਂ, ਕਿ ਦਰ ਦੁਨੀਆ ਦੇ ਸਭ ਬੰਦ ਹੋਏ, ਇੱਕ ਮਾਲਕ ਬੂਹਾ ਢੋਇਆ ਨਹੀਂ, ਮੇਰੀ ਮਿਹਨਤ ਰੰਗ ਦਿਖਾਉਂਦੀ ਗਈ ਸਭ ਮਿਲਿਆ ਏ ਕੁਝ ਖੋਇਆ ਨਹੀਂ, ਮੇਰੀ ਮਿਹਨਤ ਰੰਗ ਦਿਖਾਉਂਦੀ ਗਈ ਸਭ ਮਿਲਿਆ ਏ ਕੁਝ ਖੋਇਆ ਨਹੀਂ, ਕਿ ਮੇਰੇ ਜਿੰਨੇ ਲੋਕ ਵੀ ਨੇੜੇ ਸੀ ਦੱਸ ਕਿਹਨੇ ਖੰਜਰ ਖਬੋਇਆ ਨਹੀਂ, ਕਿ ਮੈਂ ਹੁਣ ਤੱਕ ਜੋ ਕੁਝ ਕੀਤਾ ਏ ਇਹ ਇੱਕ ਦਿਨ ਵਿੱਚ ਤਾਂ ਹੋਇਆ ਨਹੀਂ, ਮੈਂ ਹੁਣ ਤੱਕ ਜੋ ਕੁਝ ਕੀਤਾ ਏ ਇਹ ਇੱਕ ਦਿਨ ਵਿੱਚ ਤਾਂ ਹੋਇਆ ਨਹੀਂ। ਮੈਂ ਹੋਰ ਵੀ ਲਿਖਿਆ ਸੀਗਾ ਕਿ ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ ਛੱਡ ਪਰੇ ਸਭ ਨੇ ਫਜ਼ੂਲ ਦੀਆਂ ਗੱਲਾਂ, ਕਿ ਲਾਸ਼ਾਂ 'ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ ਭਾਰਤ ਦੇ ਝੰਡੇ ਵਾਂਗੂ ਝੂਲ ਦੀਆਂ ਗੱਲਾਂ, ਤਲਾਕ 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 ਨਾਲੋਂ ਚੰਗੀਆਂ ਨੇ, ਕਬੂਲ ਕਬੂਲ ਅਤੇ ਕਬੂਲ ਦੀਆਂ ਗੱਲਾਂ, ਬੰਦਿਆਂ ਤੋਂ ਕਦੇ ਤਾਂ ਬੰਦਿਆਂ ਦੀ ਗੱਲ ਕਰ ਫਿਰ ਉਹੀ ਰਾਮ ਅਤੇ ਰਸੂਲ ਦੀਆਂ ਗੱਲਾਂ। ਜਦੋਂ ਲੋਕ ਹੱਕਾਂ ਦੇ ਵਾਸਤੇ ਲੜਦੇ ਆ ਤਾਂ ਸਰਕਾਰਾਂ ਧਰਮ ਦੇ ਮਸਲੇ ਖੜ੍ਹੇ ਕਰ ਦਿੰਦੀਆਂ ਨੇ ਕਿ ਮੰਦਰ ਵਹੀ ਬਣਾਏਗੇ, ਹੁਣ ਮੰਦਰ ਤਾਂ ਬਣਾਤਾ ਪਰ ਹਸਪਤਾਲਾਂ ਵਾਸਤੇ ਬੈੱਡ ਨਹੀਂ ਮਿਲ ਰਹੇ, ਅਤੇ ਇਸੇ ਤਰ੍ਹਾਂ ਹੀ ਮੂਰਤੀ ਬਣਾਤੀ ਐਡੀ ਵੱਡੀ ਪਰ ਹੁਣ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਕਮੀ ਹੈ। ਅਸੀਂ ਲੜਦੇ ਉਹਨਾਂ ਕੰਮਾਂ ਵਾਸਤੇ ਜਿਨ੍ਹਾਂ ਕੰਮਾਂ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੁੰਦਾ ਆਇਆ, ਸਾਨੂੰ ਧਰਮ ਦੇ ਨਾਂ 'ਤੇ ਬਹੁਤ ਸਾਰੇ ਲੋਕਾਂ ਨੇ ਲੁੱਟਿਆ ਏ। ਪਰ ਲੋਕ ਦੋਸਤੋ ਮੈਂ ਇਸ ਮਸਲੇ 'ਚ ਇਸ ਬਹਿਸ 'ਤੇ ਨਹੀਂ ਪੈਣਾ ਚਾਹੁੰਦਾ ਕਿ ਧਰਮ ਦੀ ਗੱਲ ਮੰਨਣੀ ਚਾਹੀਦੀ ਹੈ ਨਹੀਂ ਮੰਨਣੀ ਚਾਹੀਦੀ, ਮੈਂ ਆਪ ਧਾਰਮਿਕ ਪਰਿਵਾਰ ਤੋਂ ਬਿਲੋਂਗ ਕਰਦਾ ਏ, ਮੇਰੇ ਮਾਤਾ ਪਿਤਾ ਧਾਰਮਿਕ ਨੇ, ਅਤੇ ਇਹ ਨਹੀਂ ਮੈਂ ਕਹਿ ਰਿਹਾ ਕਿ ਧਰਮ ਨੂੰ ਮੰਨਣਾ ਨਹੀਂ ਚਾਹੀਦਾ, ਪਰ ਸਰਕਾਰ ਦੁਆਰਾ ਜੋ ਪ੍ਰੈਪੋਗੰਡਾ ਬਣਾਇਆ ਜਾਂਦਾ ਏ ਉਸ ਦੇ ਅਨੁਸਾਰ ਨਾ ਚੱਲੋ, ਤੁਸੀਂ ਆਪਣੀ ਰਾਏ ਜ਼ਰੂਰ ਰੱਖ ਸਕਦੇ ਹੋ। ਅਤੇ ਉਹਨਾਂ ਦੋਸਤਾਂ ਤੋਂ ਮੈਂ ਮਾਫ਼ੀ ਵੀ ਮੰਗਦਾ ਜਿਨ੍ਹਾਂ ਦਾ ਦਿਲ ਦੁਖਿਆ, ਅਤੇ ਜਿਹੜੇ ਦੋਸਤਾਂ ਨੇ, ਮੈਨੂੰ ਇੱਕ ਗੱਲ ਦੀ ਖੁਸ਼ੀ ਇਹ ਵੀ ਹੋਈ ਕਿ ਜਿੰਨੇ ਦੋਸਤਾਂ ਦੇ ਫੋਨ ਆਏ ਸਾਰਿਆਂ ਨੇ ਬੜੇ ਤਹੱਮਲ ਨਾਲ ਗੱਲ ਕੀਤੀ, ਬੜੇ ਹੀ ਵਿਚਾਰ ਵਟਾਂਦਰਾ ਪਿਆਰ ਦੇ ਨਾਲ ਕੀਤਾ ਵੀ ਬਈ ਤੂੰ ਆਹ ਵੀ ਗੱਲ ਜ਼ਰੂਰ ਸ਼ੇਅਰ ਕਰਨੀ ਸੀ। ਅਤੇ ਮੈਂ ਕਿਹਾ ਮੇਰੇ ਕੋਲ ਬਈ ਇਸ ਦਾ ਪਰੂਫ ਨਹੀਂ ਸੀ, ਜੇਕਰ ਤੁਸੀਂ ਪਰੂਫ ਦੇ ਸਕਦੇ ਹੋ ਤਾਂ ਮੈਂ ਜ਼ਰੂਰ ਉਹ ਸਾਂਝਾ ਕਰਾਂਗਾ। ਸੋ ਇੰਨੀਆਂ ਕੁ ਗੱਲਾਂ ਸੀਗੀਆਂ ਦੋਸਤੋ,
ਕਹਿੰਦੇ ਹੁੰਦੇ ਆ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ, ਪਰ ਪੰਜਾਬ ਦੇ ਮਸਲੇ ਦੇ ਵਿੱਚ ਇਹ ਨਹੀਂ ਹੋਇਆ। ਸਰਕਾਰ ਨੇ ਜਦੋਂ ਕਹਿੰਦੇ ਇਕੱਠੇ ਹੋ ਕੇ ਆਪਾਂ ਲੜਦੇ ਹਾਂ, ਆਪਾਂ ਛੋਟੇ ਹੁੰਦਿਆਂ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਜਦੋਂ ਇਕੱਠੀਆਂ ਡੰਡਿਆਂ ਨੂੰ ਤੋੜਿਆ ਜਾਵੇ ਤਾਂ ਉਹ ਨਹੀਂ ਟੁੱਟਦੇ, ਇਕੱਠੇ ਬੰਡਲ ਨੂੰ ਤੋੜਿਆ ਜਾਵੇ ਅਤੇ ਜਦੋਂ ਇਕੱਲੀ ਇਕੱਲੀ ਸੋਟੀ ਨੂੰ ਜਿਵੇਂ ਮਰਜ਼ੀ ਤੋੜ ਲਈਏ, ਉਸੇ ਤਰ੍ਹਾਂ ਹੀ ਇਸ ਕਿਸਾਨੀ ਸੰਘਰਸ਼ ਦਾ ਹੈ ਕਿ ਜੇਕਰ ਆਪਾਂ ਇਕੱਠੇ ਹੋ ਕੇ ਚੱਲਾਂਗੇ, ਇਹਨਾਂ ਵਿਚਾਰਧਾਰਾਵਾਂ ਨੂੰ ਅਲੱਗ ਅਲੱਗ ਛੱਡ ਕੇ ਅਤੇ ਆਪਾਂ ਇੱਕ ਇਨਸਾਨੀਅਤ ਦੇ ਨਾਤੇ, ਕਿਸਾਨ ਹੋਣ ਦੇ ਨਾਤੇ ਜੇਕਰ ਚੱਲਾਂਗੇ ਤਾਂ ਫਿਰ ਹੀ ਸਾਡਾ ਭਲਾ ਹੋ ਸਕਦਾ, ਫਿਰ ਹੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਸਾਨੂੰ ਕਾਮਰੇਡ ਅਤੇ ਸਿੱਖ ਛੱਡ ਕੇ ਸਿਰਫ ਕਿਸਾਨੀ ਦੇ ਬਾਰੇ ਸੋਚਣਾ ਚਾਹੀਦਾ ਹੈ। ਇਸ ਦੇ ਬਾਰੇ ਤੁਹਾਡੀ ਕੀ ਰਾਏ ਆ ਅਤੇ ਇਹ ਵੀ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਦੋਸਤੋ, ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਵੀਡੀਓਜ਼, ਚੰਗੀਆਂ ਅਤੇ ਸੱਚ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ, ਤਾਂ ਜੋ ਮੇਰਾ ਹੌਸਲਾ ਵਧੇ ਅਤੇ ਮੈਂ ਇਸੇ ਤਰ੍ਹਾਂ ਸੱਚੀਆਂ ਵੀਡੀਓ ਬਣਾਉਂਦਾ ਰਹਾਂ। ਜੇਕਰ ਕਿਸੇ ਦਾ ਦਿਲ ਦੁਖਿਆ, ਮੈਂ ਦੁਬਾਰਾ ਫਿਰ ਮਾਫ਼ੀ ਮੰਗਦਾ। ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ।